20,000 ਰੁਪਇਆ ਕਰ ਦੇ ਮੇਰਾ ਵੀਰ, ਸੱਚੀ ਗੱਲ ਦੱਸਾਂ ਬੜੀ ਲੋੜ ਆ ਯਾਰ, ਮੇਰਾ ਤਾਂ ਹੱਥ ਬੜਾ ਹੀ ਤੰਗ ਹੋਇਆ ਪਿਆ, ਤੈਨੂੰ ਪਤਾ ਤਾਂ ਹੈ ਸਾਰਾ ਕੁਛ। ਇਹ ਵੀ ਭਰਾ ਹੁਣ ਫੋਨ ਕੱਟ ਕੇ ਗਾਂਹ ਗਿਆ ਆਈ, ਵੀ ਜਿਹੜੇ ਤੇਰੀ ਮਾਂ ਨੇ ਟੋਪਸ ਪਾਏ ਆ ਨਾ, ਉਹ ਵੀ ਉਹਦੀ ਆਖਰੀ ਨਿਸ਼ਾਨੀ ਆ। ਤੂੰ ਚਿੰਤਾ ਨਾ ਕਰ, ਮੈਂ ਛਡਾ ਲਾਂਗਾ ਛੇਤੀ। ਦੁਖੀ ਤੁਹਾਡਾ ਦਿਮਾਗ ਠੀਕ ਹੈ? ਅੱਜ ਤੇ ਇੰਨੀ ਗੱਲ ਕਹਿਤੀ, ਖਬਰਦਾਰ ਜੇ ਅੱਜ ਤੋਂ ਬਾਅਦ ਇੰਨੀ ਗੱਲ ਜ਼ਬਾਨ ਤੇ ਵੀ ਲਿਆਂਦੀ। ਇੱਥੇ ਤੇ ਪਹਿਲਾਂ ਹੀ ਭੰਗ ਪੁੱਜਣ ਦੀ ਹੈ, ਬਲਦੀ ਤੇ ਤੇਲ ਪਾਉਣ ਦਾ ਨਜ਼ਾਰਾ ਤੇ ਹੁਣ ਆਊਗਾ। ਬੱਲੇ ਤੇਰੇ, ਸਤਿ ਸ੍ਰੀ ਅਕਾਲ। ਇਹ ਭਾਬੀ ਦਾ ਮੂੰਹ ਹੀ ਮਿੱਠਾ ਕਰਾ ਦਿੰਦਾ, ਵੀ ਮੈਂ ਕਿਹੜਾ ਤੇਰੇ ਕੋਈ ਸੁਰਮਾ ਪਵਾਈ ਮੰਗ ਲੈਣੀ ਸੀ। ਉਹ ਕਹਿੰਦਾ ਸਾਰਾ ਟੱਬਰ ਇੱਕ ਪਾਸੇ ਹੋ ਗਏ ਆ, ਮੈਨੂੰ ਤੇ ਐਂ ਛੱਡ ਕੇ ਗਏ ਜਦੋਂ ਮੈਂ ਮਾਂ ਮਿੱਟਣਾ। ਵੀ ਤੂੰ ਕਿਉਂ ਚਿੰਤਾ ਕਰਦਾ ਵੈਂ, ਜੇ ਤੇਰੀ ਉਹ ਭਾਬੀਆਂ ਨਹੀਂ ਨਾ ਬਣੀਆਂ ਤੇ ਮੈਂ ਤੇ ਹੈਗੀ ਆ ਨਾ ਤੇਰੀ ਭਾਬੀ। ਮੇਰੀ ਮੰਨੋ, ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਇੱਕ ਸਲਾਹ ਦਵਾਂ। ਭਾਬੀ ਗੱਲ ਤੇਰੀ ਜੀ ਤਾਂ ਦਮੋ ਆ, ਖਾਨੇ ਮੇਰੇ ਜੀ ਤਾਂ ਫਿੱਟ ਹੋ ਗਈ ਆ। ਦੇਖਿਆ ਫਿਰ ਭਾਬੀ ਦੀ ਸਕੀਮ, ਤੂੰ ਵੀ ਕੀ ਯਾਦ ਕਰੇਂਗਾ ਤੇ ਆਪਣਾ ਕੰਮ ਕਰ ਰਹੀ ਆ, ਹੁਣ ਅੱਗੇ ਅੱਗੇ ਦੇਖੀ ਕੀ ਬਣ। ਸੋਚ ਲਿਆ ਵਾ, ਵੈਸ ਮੈਨੂੰ ਇਹ ਦੱਸ ਤੈਨੂੰ ਠੀਕ ਨਹੀਂ ਲੱਗਦਾ ਜੋ ਨੈਂਸੀ ਭਾਬੀ ਕਹਿ ਕੇ ਗਈ ਆ? ਠੀਕ ਮੈਨੂੰ ਕੀ ਲੱਗਣਾ, ਆ ਜੋੜੇ ਤੁਹਾਡੇ ਅੱਗੇ ਹੱਥ, ਮੈਂ ਨਹੀਂ ਰਹਿ ਸਕਦੀ ਤੁਹਾਡੇ ਘਰਦਿਆਂ ਚ, ਜੋ ਕੁਛ ਮੈਂ ਪਿੱਛੇ ਸਹਿੰਦੀ ਆਈ ਆ ਉਹੀ ਕੁਛ ਤੁਹਾਡੇ ਘਰ ਦੇ ਕਰਦੇ। ਹੁਣ ਤੱਕ ਤੂੰ ਮੇਰੀ ਗੱਲਾਂ ਮੰਨਦੀ ਆਈ ਨਾ, ਆ ਵੀ ਤੈਨੂੰ ਗੱਲ ਮੰਨਣੀ ਪੈਣੀ ਆ ਤੇ ਤੈਨੂੰ ਪਿੰਡ ਜਾਣਾ ਹੀ ਪੈਣਾ ਮੇਰੇ ਨਾਲ। ਹੋਰ ਮੰਮੀ ਠੀਕ ਠਾਕ ਜੇ? ਹਾਂ ਤੁਸੀਂ ਫੋਨ ਹੀ ਨਹੀਂ ਚੁੱਕਦੇ, ਇੰਨਾ ਫੋਨ ਕਰਨ ਨਹੀਂ ਤੁਹਾਨੂੰ, ਚਲ ਦਾਦੀ ਕੋ ਜਾਓ। ਆਏ ਨਹੀਂ ਮੇਰਾ ਸ਼ੋਣਾ, ਮੇਰਾ ਮੱਖਣ ਨਹੀਂ, ਮੇਰਾ ਪੇੜ। ਮੰਮੀ ਹੋਰ ਸੁਣਾਓ, ਠੀਕ ਠਾਕ ਸਭ ਉੱਥੇ? ਉੱਥੇ ਤੇ ਕੁੜੀਏ ਸਭ ਠੀਕ ਠਾਕ ਸੀ, ਮੈਨੂੰ ਇਹ ਦੱਸ ਪਿੱਛੋਂ ਲੜੀਆਂ ਤਾਂ ਨਹੀਂ ਆਪਸ ਵਿੱਚ? ਮੰਮੀ ਆਪਸ 'ਚ ਇਹਨਾਂ ਨੇ ਕੀ ਲੜਨਾ, ਆਪਸ 'ਚ ਤੇ ਬਥੇਰੀ ਸੁਲਾਹ ਹੀ ਦੋਵਾਂ ਦੀ, ਪਰ ਮੇਰੇ ਨਾਲ ਜੋ ਹੈਗੀਆਂ ਇਹ ਲੜਨ ਨੂੰ ਇਹ ਦੋਵੇਂ ਜਣੀਆਂ। ਆ ਕੁੜੀਏ ਤੇਰੇ ਨਾਲ ਲੜੀਆਂ, ਇਹਨਾਂ ਦੀ ਕਿਵੇਂ ਹਿੰਮਤ ਪੈ ਗਈ ਤੇਰੇ ਨਾਲ ਲੜਨ ਦੀ? ਮੰਮੀ ਇਹਨਾਂ ਨੂੰ ਨਾ ਤੁਹਾਡਾ ਹੀ ਡਰ ਆ, ਤੁਹਾਡੇ ਮਗਰੋਂ ਤੇ ਮੈਨੂੰ ਪੁੱਛਦੀਆਂ ਨਹੀਂ ਕਿਤੇ, ਕੁਛ ਸਮਝਦੀਆਂ ਹੀ ਨਹੀਂ ਮੈਨੂੰ, ਕਦੀ ਚਾਹ ਤੋਂ ਮੂੰਹ ਬਣਾਉਂਦੀਆਂ ਸੀ, ਕਦੀ ਰੋਟੀ ਤੋਂ, ਅੱਜ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਹੈਗੀ। ਮੰਮੀ ਆ ਤੁਸੀਂ ਆਇਓ ਤੇ ਮੈਂ ਤੁਹਾਡੇ ਨਾਲ ਰੋਟੀ ਖਾਧੀ ਹੈ, ਉਦੋਂ ਦੀ ਮੈਂ ਰੋਟੀ ਨਹੀਂ ਖਾਧੀ ਸਵੇਰ ਦੀ। ਕਿਸੇ ਨੇ ਮੰਮੀ ਸਹੀ ਕਿਹਾ, ਵੈਸੇ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ। ਹੈਂ ਮੈਨੂੰ ਗੱਲ ਦੱਸ, ਹੋਇਆ ਕੀ ਹੈ? ਇਹਨਾਂ ਦੀ ਨਾ ਮੈਂ ਸਾਰ ਲਊਂਗੀ ਚੰਗੀ ਤਰ੍ਹਾਂ। ਸੁਣੋ ਫਿਰ ਸਾਰੀ ਗੱਲ, ਸਵੇਰੇ ਮੈਂ ਇੱਥੇ ਬੈਠੇ ਤੇਲ ਲਵਾਉਣ ਡਈ ਹਾਂ ਭਾਬੀ। ਭਾਬੀ ਬੜਾ ਮਜ਼ਾ ਆਉਣ ਡਿਆ, ਚੰਗੀ ਤਰ੍ਹਾਂ ਲਾਈ, ਬੜੇ ਦਿਨਾਂ ਬਾਅਦ ਤੇਲ ਲਾਇਆ ਅੱਜ ਮੈਂ। ਵੇਖਾਂ ਕਿੱਦਾਂ ਸਫਾਈਆਂ ਦੀ ਪਈ ਏ, ਬਾਹਰ ਹੀ ਰਹਿੰਦਾ ਵਿਚਾਰਾ ਸਾਰਾ ਦਿਨ ਪੈਲੀਆਂ 'ਚ, ਘੜੀ ਘਰ ਬਹਿ ਗਿਆ ਤੇ ਫੇਰ ਕਹਿੰਦੀ ਬਾਹਰ ਵਗ ਜਾਓ, ਗੰਨਾ ਚੂਪ ਲੈਂਦੇ ਉਹਨੂੰ ਬਹਿ ਕੇ, ਸਫਾਈ ਧਾਰੀ ਵੱਡੀ। ਨਾ ਮੇਰੀ ਗੱਲ ਸੁਣੋ, ਇਹਨੂੰ ਜ਼ਿਆਦਾ ਧੋਖਾ ਤੁਹਾਡਾ, 12 ਮਹੀਨੇ 30 ਦਿਨ ਇੱਥੇ ਰਹਿੰਦੀ ਹੈ ਤੇ ਕਿੰਨੇ ਕੁ ਧੋਸੇ ਬਣਾਵਣਾ ਤੁਹਾਨੂੰ ਦੇਣ ਡਈ ਹੈ, ਥੱਲੇ ਕੁੱਟਦੀ ਫਿਰਦੀ ਹੈ ਇੱਥੇ। ਨਾ ਤੈਨੂੰ ਕੀ ਕਹਿਤਾ ਉਹਨੇ, ਸਹੀ ਤੇ ਕਹਿਣ ਦੀ ਅਗਲੀ ਭੈਣਾ ਮੇਰੀ, ਧੁੱਖ ਤੇ ਲੱਗਦਾ ਹੀ ਅਗਲੀ ਨੂੰ। ਨਾ ਭਾਬੀ ਕੀ ਕਹਿਣ ਡਈ ਹੈ ਤੂੰ, ਕੀ ਮਾੜਾ ਕਹਿਤਾ ਉਹਨੇ? ਨੀ ਕਿੱਡੀਆਂ ਲੁੱਤੀਆਂ ਲਾਣ ਡਈ, ਇੱਥੇ ਗੰਨਾ ਚੁੱਪੋ ਤੇ ਭਾਵੇਂ ਬਾਹਰ ਖਲਾਰਾ ਪਾਓ, ਖਸਮਾਂ ਨੂੰ ਖਾਓ ਜਾ ਕੇ, ਇੱਕ ਇਹਨਾਂ ਨੂੰ ਕਹੋ ਤੇ ਦੂਜਾ ਕਿੱਡੀ ਸਿਰ ਤੋਂ ਚੜਦੀ ਹੈ। ਆ ਸੁਮਨ ਇੰਨਾ ਖੁਸ਼ ਹੋ ਗਿਆ, ਤੇ ਜੱਗੀ ਨਹੀਂ ਕੁਛ ਵੀ ਬੋਲਿਆ? ਮੰਮੀ ਉਹ ਇੰਨੇ ਜੋਗਾ ਕਿੱਥੇ, ਉਹ ਤੇ ਦੋਨਵਟਾ ਜਿਹਾ ਬਣ ਕੇ ਬੈਠਾ ਸੀ, ਬੋਲਦਾ ਹੀ ਨਹੀਂ ਕੁਝ ਜਨਾਨੀ ਅੱਗੇ। ਉਹ ਕਹਿੰਦਾ ਜੱਗੀ ਗੱਲ ਸੁਣ ਮੇਰੀ, ਇੱਧਰ ਕੰਜਰਾ। ਹਾਂ ਮਾਤਾ। ਤੇ ਤੈਨੂੰ ਕੋਈ ਸ਼ਰਮ ਹਜਾ ਹੈ, ਵਹੁਟੀ ਦੀਆਂ ਰੋਟੀਆਂ ਢੋਈ ਜਾਣਾ, ਮੇਰੇ ਮਗਰੋਂ ਭੈਣ ਨੂੰ ਕਿਤੇ ਰੋਟੀ ਨਹੀਂ ਪੁੱਛੀ? ਮਾਤਾ ਭੈਣ ਦੀ ਤੇ ਤੂੰ ਸੁਣ ਲਈ ਆ, ਇਹਦਾ ਵੀ ਸੁਭਾਅ ਦਿੱਤਾ ਤੇ ਉਹਦਾ ਵੀ ਸੁਭਾਅ ਦਿੱਤਾ, ਤੇ ਮੈਂ ਕਿੱਥੇ ਜਾਵਾਂ ਦੱਸ? ਮਾਤਾ ਫਸਿਆ ਤੇ ਫੇਰ ਵਿੱਚ ਮੈਂ ਹੀ ਆ ਨਾ, ਭੈਣ ਨੂੰ ਪੁੱਛ ਲਓ, ਮੈਂ ਇਹਦੇ ਵਿੱਚ ਕੁਝ ਬੋਲਿਆ ਹੀ ਨਹੀਂ। ਇਹ ਕੰਜਰਾ ਇਸੇ ਗੱਲ ਦਾ ਤੇ ਰੋਣਾ ਕਿ ਤੂੰ ਵਿੱਚ ਬੋਲਿਆ ਕਿਉਂ ਨਹੀਂ, ਉਹਦੀ ਲੁਤਰੋ ਵੱਢਦਾ ਵੇ, ਮੋਟੇ ਦਿਮਾਗ ਦਿਆ, ਲੋਕਾਂ ਦੀਆਂ ਜਨਾਨੀਆਂ ਤੇ ਬੰਦਿਆਂ ਤੋਂ ਥਰ ਥਰ ਕੰਬਦੀਆਂ, ਵੇ ਤੂੰ ਇਹਨੇ ਜੋਗਾ ਵੀ ਨਹੀਂ ਸੀ ਹੈਗਾ। ਮੰਮੀ ਛੱਡੋ ਪਰਾਂ, ਇਹ ਤੇ ਉਹ ਹਿਸਾਬ ਹੈ ਸੰਡੇ ਅੱਗੇ ਬੀਨ ਵਜਾਣ ਵਾਲਾ, ਰਹਿਣਾ ਇਹਨੇ ਜਨਾਨੀ ਦਾ ਹੀ ਹੈ, ਇਹ ਉਹਦੇ ਥੱਲੇ ਹੀ ਲੱਗਾ ਵਾ। ਵੇ ਵੇ ਇਹਦਾ ਕੰਜਰ ਦਾ ਹਾਲ,
ਜਨਾਨੀ ਦੀ ਗੱਲ ਕੀਤੀ ਹੈ ਤੇ ਕਿਵੇਂ ਮਰਚਾਂ ਲੱਗੀਆਂ ਨੇ ਇਹਨੂੰ? ਤਫਾਨ ਦੋ ਜਾਣ ਦੋ ਇਹਨਾਂ ਨੂੰ। ਹਾਏ ਕੀ ਹੋਇਆ ਵਾ? ਕੌਣ ਜੱਗੀ ਨੂੰ ਕੀ ਹੋਇਆ ਵਾ? ਹਾਏ ਮੈਨੂੰ ਕੀ ਪਤਾ, ਮੈਂ ਵੀ ਤੇਰੇ ਨਾਲ ਹੀ ਆਈ ਆ। ਮਿਹਰਬਾਨੀ ਭਾਜੀ ਤੁਹਾਡੀ, ਹੈ ਤਾਂ ਕਰਨ ਸੁੱਖੀ। ਸੱਚ ਦੱਸਾਂ ਮੇਰਾ ਤੇ ਨਾ ਜਮਾ ਜੀ ਨਹੀਂ ਕਰਨ ਡਿਆ ਉੱਥੇ ਜਾਣ ਨੂੰ। ਤਰਨ ਤੂੰ ਟੈਨਸ਼ਨ ਨਾ ਲੈ, ਮੈਂ ਆਪਣੇ ਘਰ ਹੀ ਚੱਲਾਂ ਤੈਨੂੰ ਲੈ ਕੇ, ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਆ ਜਾ ਚੁੱਪ ਕਰਕੇ। ਕਿੱਦਾਂ ਕਿੱਦਾਂ ਚੱਲੂਗਾ ਸਾਡਾ, ਜੇ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਫਿਰ ਵੀ ਲਿਫਟ ਮੰਗ ਕੇ ਜਾਵਾਂਗੇ। ਤੁਸੀਂ ਤੇ ਇੰਨੇ ਜੋਗੇ ਵੀ ਨਹੀਂ ਹੈਗੇ ਕਿ ਕਿਰਾਇਆ ਹੀ ਲਾ ਲਓ ਕਿਤੇ ਆਣ ਜਾਣ ਦਾ। ਤੂੰ ਕਿਉਂ ਟੈਨਸ਼ਨ ਲੈਣ ਡਈ ਆ ਤਰਨ, ਉਹੀ ਗੱਲ ਕੋ ਨਾ ਕੋ ਕਰਾਂਗਾ ਮੈਂ, ਮੈਨੂੰ ਵੀ ਪਤਾ ਵਾ। ਜੱਗੀ ਆ ਵੇਖੋ ਤੁਹਾਨੂੰ ਨਵੀਂ ਚੀਜ਼ ਵਿਖਾਵਾਂ। ਹਾਂ ਦੱਸ ਕਮਲ। ਆ ਵੇਖੋ ਮੈਂ ਨਾ ਗਈ ਸੀ ਆ ਨਾਲ ਦੀ ਆਂਟੀ ਕੋਲ ਤੇ ਮੈਂ ਕਿਹਾ ਸਿਲੰਡਰ ਖਤਮ ਹੈ ਤੇ ਆਂਟੀ ਦੇ ਦਿਓ, ਤੇ ਆਂਟੀ ਕਹਿੰਦੀ ਆਹੀ ਲੈ ਜਾ, ਕਿੱਥੇ ਸਿਲੰਡਰ ਲਾਉਣ। ਆ ਕੀ ਚੀਜ਼ ਹੈ ਓਏ? ਪਤਾ ਨਹੀਂ ਮੈਂ ਵੀ ਪਹਿਲੀ ਵਾਰੀ ਵੇਖਿਆ ਜੇ। ਜੋ ਵੀ ਆ ਹੈ ਚੰਗਾ ਇਹ ਕੰਮ। ਆਹੋ ਆਂਟੀ ਕਹਿੰਦੇ ਭਾਵੇਂ ਤੇ ਚਾਹ ਬਣਾਵੋ ਭਾਵੇਂ ਰੋਟੀਆਂ ਤੇ ਭਾਵੇਂ ਤੜਕੇ ਲਾਓ। ਹੁਣ ਕੀ ਤੇਰਾ ਇਰਾਦਾ ਇਹ ਲੈ ਆਈਏ? ਆਹੋ ਮੈਂ ਕਹਿਣ ਡਈ ਸੀ ਵੱਡੇ ਭਾਜੀ ਨੇ ਆਉਣਾ ਤੇ ਹੈ ਵਾ, ਉਹਨਾਂ ਨੂੰ ਕਹੀਏ ਲੈ ਆਇਓ ਸ਼ਹਿਰੋਂ। ਕੋਈ ਗੱਲ ਨਹੀਂ ਮੈਂ ਕਰਦਾ ਉਹਦੇ ਨਾਲ ਗੱਲ। ਮੈਨੂੰ ਤੇ ਚੇਤਾ ਹੀ ਭੁੱਲ ਗਿਆ ਕੀ ਕਿਹਾ ਸੀ ਆਂਟੀ ਨੇ, ਮੈਂ ਦੋਹਰੇ ਪੁੱਛਣੀ ਆ ਜਦੋਂ ਜਾਵਾਂਗੀ ਦੇਣ। ਚੱਲ ਕੋਈ ਨੀ ਦਾਦੀ ਮੈਨੂੰ ਕੀ ਕਹਿੰਦੇ ਇਹਨੂੰ, ਫੇਰ ਜਾਵਾਂਗੇ ਲਿਆਵਾਂਗੇ, ਇੱਦਾਂ ਕੀ ਕਹਾਂਗੇ ਦੁਕਾਨ ਤੇ ਜਾ ਕੇ। ਐ ਨੀ ਸੁਮਨ, ਕਿੰਨੇ ਦਿਨ ਮੈਂ ਬਾਹਰ ਲਾਈ ਆ ਤੇ ਕੱਪੜੇ ਅਜੇ ਵੀ ਗਿੱਲੇ ਨੇ। ਮੰਮੀ ਕੱਪੜੇ ਕੀ ਸੁੱਕਣੇ, ਇੱਕ ਦਿਨ ਧੁੱਪ ਚੜ੍ਹਦੀ ਆ ਤੇ ਚਾਰ ਦਿਨ ਮੌਸਮ ਖਰਾਬ ਹੋ ਜਾਂਦਾ। ਹਜੇ ਕਿਹੜਾ ਮੰਮੀ ਸਾਰੇ ਸੁੱਕ ਗਏ, ਉਹ ਵੇਖੋ ਢੇਰ ਲੱਗਾ ਪਿਆ। ਆਹ ਤੇ ਦੋ ਚਾਰ ਸੁੱਕੇ ਸੀ, ਮੈਂ ਕਿਹਾ ਚੱਲ ਜਿਹੜੇ ਸੁੱਕੇ ਉਹ ਤੇ ਲਾਵਾਂ, ਥੋੜਾ ਜਿਹਾ ਖਲਾਰਾ ਮੁੱਕੇ। ਬੜਾ ਕੱਪੜਿਆਂ ਦਾ ਖਲਾਰਾ ਵਾ, ਹੁਣ ਜਿੱਦਣ ਧੁੱਪ ਲੱਗੇਗੀ ਉਦਣ ਸੁੱਕਣੇ ਕਿਤੇ। ਆ ਜਾ ਆ ਜਾ, ਪਹੁੰਚ ਗਏ। ਕੀ ਹੋਇਆ ਈ? ਅਣੀ ਤੁਹਾਡੇ ਹੱਥ ਚੋਂਦੇ ਨੇ ਭਾਂਡੇ ਸੁੱਟਣ ਡਈਆਂ ਅੱਜ ਮੈਂ ਉਧਰ। ਹਾਏ ਹਾਏ ਕਿੱਥੋਂ ਆ ਗਏ ਨੇ? ਹਾਏ ਮੰਮੀ ਪੈ ਗਿਆ ਨਵਾਂ ਸੀ ਆਪਾਂ ਫੇਰ। ਸਤਿ ਸ਼੍ਰੀ ਅਕਾਲ ਮੰਮੀ। ਇਹ ਤੂੰ ਕਿੱਧਰੋਂ ਆ ਗਿਆ, ਜਾਂ ਦਫਾ ਹੋ, ਕੋਈ ਜਗ੍ਹਾ ਨਹੀਂ ਤੇਰੀ ਇਸ ਘਰ ਦੇ ਵਿੱਚ। ਮੰਮੀ ਜ਼ਿੰਦਗੀ 'ਚ ਮੈਂ ਇੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਸੀ, ਉਦੋਂ ਨਹੀਂ ਤੁਸੀਂ ਸਾਰਾ ਟੱਬਰ ਮੈਨੂੰ ਕੁਝ ਬੋਲੇ, ਹੁਣ ਤੇ ਮੈਂ ਵਿਆਹ ਹੀ ਕੀਤਾ ਵਾ, ਏਡੀ ਵਿਗੜੀ ਗੱਲ ਹੋ ਗਈ ਆ। ਵੇ ਤੂੰ ਕਹਿੰਦਾ ਕੋਈ ਗੱਲ ਨਹੀਂ ਹੋਈ, ਤੇਰੇ ਵਾਸਤੇ ਨਹੀਂ ਗੱਲ ਹੋਣੀ, ਸਾਨੂੰ ਪੁੱਛ ਕੇ ਵੇਖ ਹਾਂ, ਤੇਰੇ ਕਰਕੇ ਧੱਕੇ ਧੋੜੇ ਖਾਣ ਡਏ ਆ, ਐਡੇ ਸੋਹਣਾ ਘਰ ਛੱਡ ਕੇ ਧੱਕੇ ਛੱਪੜ ਦੇ ਕੰਡੇ ਆਏ। ਕਿ ਮੈਂ ਤੁਹਾਨੂੰ ਕਹਿੰਦੀ ਸੀ ਨਾ ਮੈਂ ਨਹੀਂ ਆਉਣਾ ਇਸ ਘਰ 'ਚ, ਦੇਖੋ ਕਿੱਦਾਂ ਧੱਕੇ ਮਾਰ ਮਾਰ ਕੱਢਣ ਡਏ ਸਾਨੂੰ।
ਤੇ ਨਾ ਆਉਂਦੀ, ਤੈਨੂੰ ਕੌਣ ਲੈਣ ਗਿਆ ਸੀ ਬੈਂਡ ਵਾਜਿਆਂ ਨਾਲ? ਉਹੀ ਤੇ ਮੇਰੀ ਗਲਤੀ ਹੈ, ਮੈਂ ਤੁਹਾਡੇ ਮੁੰਡੇ ਦੀਆਂ ਗੱਲਾਂ 'ਚ ਆ ਕੇ ਨਾ ਐਵੇਂ ਉਹਦੇ ਨਾਲ ਆ ਗਈ, ਬੈਂਡ ਬਾਜਿਆਂ ਨਾਲ ਆਈ ਹੁੰਦੀ ਨਾ ਤੇ ਮੇਰੀ ਵੀ ਕੋਈ ਇੱਜ਼ਤ ਹੁੰਦੀ। ਤੈਨੂੰ ਕਿੰਨੇ ਕਿਹਾ ਸੀ ਇਹਦੇ ਨਾਲ ਵਿਆਹ ਕਰਾ, ਇਹ ਤੇ ਹੈ ਹੀ ਸਿਰੇ ਦਾ ਨਿਕੰਮਾ। ਇਸੇ ਗੱਲੋਂ ਤੇ ਮੈਂ ਆਪਣੇ ਆਪ ਨੂੰ ਕੋਸਣ ਡਈ ਆ ਕਿ ਮੈਂ ਕਿਉਂ ਵਿਆਹ ਕਰਾਇਆ। ਇਹਨੇ ਤੇ ਮੈਨੂੰ ਬੜੇ ਵੱਡੇ ਵੱਡੇ ਸੁਪਨੇ ਦਿਖਾਏ ਸੀਗੇ। ਜਿੰਨੇ ਤੁਹਾਡੇ ਮੁੰਡੇ ਨੇ ਮੈਨੂੰ ਸੁਪਨੇ ਦਿਖਾਏ ਨਾ, ਮੈਂ ਇਹਨੂੰ ਛੱਡ ਕੇ ਨਾ ਕੋਈ ਵੀ ਕੁੜੀ ਇਹਦੇ ਨਾਲ ਵਿਆਹ ਕਰਾ ਲੈਂਦੀ। ਇਹ ਤੇ ਕਹਿੰਦਾ ਸੀ ਮੇਰੇ ਵੱਡੇ ਵੱਡੇ ਮਹਿਲ ਆ, ਸਾਡੇ ਘਰੇ ਨੌਕਰ ਲੱਗੇ ਆ। ਨੀ ਗੱਲ ਸੁਣ, ਆ ਜਿਹੜੀਆਂ ਤੂੰ ਸਾਰੀਆਂ ਗੱਲਾਂ ਕਰਨ ਡਈ ਹੈ ਨਾ, ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ। ਸਾਨੂੰ ਤਾਂ ਇੱਕੋ ਗੱਲ ਪਤਾ, ਅਸੀਂ ਤੁਹਾਨੂੰ ਇਸ ਘਰ 'ਚ ਨਹੀਂ ਰੱਖਣਾ ਹੈਗਾ, ਬਸ ਗੱਲ ਕਰਨਾ। ਉਹ ਭੈਣ ਚੁੱਪ ਕਰ, ਤੂੰ ਭੈਣ ਵਾ ਨਾ ਤੇ ਭੈਣ ਹੀ ਬਣ ਕੇ ਰਹਿ, ਮੇਰਾ ਮੂੰਹ ਨਾ ਖਲਾਈ। ਨਾਲੇ ਭੈਣ ਗੱਲ ਸੁਣ, ਜਿੰਨੇ ਤੇਰੇ ਦੋਨੋਂ ਭਰਾ ਲੱਗਦੇ ਨਾ, ਉਹਨਾਂ ਮੈਂ ਵੀ ਤੇਰਾ ਭਰਾ ਹੀ ਲੱਗਦਾ ਵਾਂ। ਸੁੱਖੀ ਇੱਕ ਗੱਲ ਕਵਾਂ, ਮੈਨੂੰ ਤਾਂ ਲੱਗਦਾ ਨਾ ਤੁਸੀਂ ਇਹਨਾਂ ਦੇ ਪੋਤੇ ਨਹੀਂ ਹੈਗੇ। ਜਿਵੇਂ ਇਹ ਕਰਨ ਡਿਆ ਨਾ, ਏਦਾਂ ਤੇ ਨਾ ਕੋਈ ਮਾਂ ਕਰ ਸਕਦੀ ਤੇ ਨਾ ਕੋਈ ਭੈਣ। ਇਹ ਗੱਲ ਮੇਰੀ ਅਜਮਾਈ ਹੋਈ ਆ, ਮੈਨੂੰ ਪਤਾ ਆ ਆਪਣੀ ਮਾਂ ਤੇ ਮਤਰੇਈ ਮਾਂ 'ਚ ਕੀ ਫਰਕ ਹੁੰਦਾ ਆ। ਤਰਨ, ਲੱਗਦਾ ਤੇ ਮੈਨੂੰ ਵੀ ਇੱਦਾਂ ਹੀ ਆ, ਤੂੰ ਚਿੰਤਾ ਨਾ ਕਰ, ਆਪਾਂ ਇੱਥੇ ਰਹਿ ਕੇ ਵਿਖਾਵਾਂਗੇ। ਆਇਆ ਤਰਨ। ਕਾਕੇ, ਤੇਰਾ ਕੀ ਨਾਮ ਆ ਪੁੱਤ? ਖੇਡਣ ਦੀ? ਖੇਡੋ, ਕੀ ਖੇਡਣ ਦੇ ਤੁਸੀਂ? ਆ ਕੀ? ਮੈਂ ਕੀ ਕਹਿੰਦਾ, ਤੂੰ ਇਹਨੂੰ ਰਹਿਣ ਨਹੀਂ ਦੇ, ਇਹਨੂੰ ਮੈਂ ਨਾ ਬਾਹਰ ਛੱਡ ਕੇ ਆਉਂਦਾ ਵਾਂ, ਕੀ ਪਤਾ ਇਹਦੀ ਮਾਂ ਨੇ ਕਿੱਦਾਂ ਤਾਂ ਬੋਲਣਾ ਵਾ। ਬੱਚੇ ਦੀ ਕਿਹੜੀ ਗੱਲ ਹੁੰਦੀ ਆ? ਮੰਮੀ ਆ ਕੀ ਨਵਾਂ ਪਖੰਡਾ, ਸਾਡੇ ਵਾਲਾ ਕਮਰਾ ਮੱਲ ਕੇ ਬਹਿ ਗਏ ਨੇ, ਅਸੀਂ ਕਿੱਥੇ ਜਾਈਏ ਹੁਣ? ਜੀ ਚੁੱਪ ਕਰ, ਤੈਨੂੰ ਕਮਰਿਆਂ ਦਾ ਘਾਟਾ ਆ? ਆ ਕਿੰਨੇ ਕਮਰੇ ਨੇ, ਜਿਹੜਾ ਮਰਜ਼ੀ ਲੈ ਲੈ, ਤੂੰ ਆਪਣਾ ਨਵਾਂ ਸਿਆਪਾ ਪਾ ਕੇ ਬਹਿ ਜਾਨੀ ਇਹ ਵਿੱਚ। ਮੰਮੀ ਹੁਣ ਤੇ ਨਾ ਸਾਡੇ ਘਰ ਦਾ ਹਾਲ ਮਾੜਾ ਹੀ ਆ, ਇੱਕ ਸਿਆਪਾ ਮੁੱਕਦਾ ਨਹੀਂ ਤੇ ਦੂਜਾ ਸ਼ੁਰੂ ਹੋ ਜਾਂਦਾ ਵਾ, ਇੱਥੇ ਤੁਹਾਨੂੰ ਰੋਜ਼ ਦਾ ਹੀ ਹਾਲ ਰਹਿ ਗਿਆ ਬਸ। ਤੁਸੀਂ ਤੇ ਆਪਣੀਆਂ ਗੱਲਾਂ ਲੈ ਕੇ ਬੈਠੇ ਜੇ, ਮੈਨੂੰ ਤੇ ਇਹ ਡਰ ਲੱਗਣ ਦਾ ਜੱਗੀ ਆ ਗਿਆ ਤੇ ਕਿਤੇ ਕਪਾਤੀ ਨਾ ਹੋ ਜੇ, ਉਹ ਵੀ ਗੁੱਸੇ ਵਾਲਾ ਤੇ ਇਹ ਵੀ ਗੁੱਸੇ ਵਾਲਾ। ਨੀ ਚੁੱਪ ਕਰੋ ਨੀ ਕੁੜੀਓ, ਮੇਰਾ ਤਾਂ ਅੱਗੇ ਸਿਰ ਪੱਟਣ ਆਇਆ ਏ। ਉਹ ਮੈਂ ਨਹੀਂ ਡਰਦਾ ਕਿਸੇ ਜੱਗੀ ਜੁਗੀ ਕੋਲੋਂ, ਭਾਵੇਂ ਜੱਗੀ ਹੋਵੇ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ। ਆਈਆਂ ਵੱਡੀਆਂ ਜੱਗੀ ਵਾਲੀਆਂ। ਬਾਬੀ ਜੱਗੀ ਆ ਗਿਆ ਜੀ, ਪੈ ਜੇ ਨਾ ਹੁਣ ਸੀ ਆਪਾਂ ਨਵਾਂ ਹੀ। ਮੈਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਮੈਂ ਕਿਹੜੇ ਪਾਸਿਓਂ ਸੁਖੀ ਹਾਂ। ਕਹਿੰਦੇ ਤੂੰ ਬੜੀ ਸੁਖੀ ਹੈ ਜੀ, ਜਿਹਦੇ ਪੇਕੇ ਘਰ ਇੱਦਾਂ ਦਾ ਮਾਹੌਲ ਹੋਏ ਉਹ ਕਿੱਥੋਂ ਧੀਆਂ ਸੁਖੀ ਹੋਣੀਆਂ ਵਾ। ਮੈਨੂੰ ਤਾਂ ਹੋਰ ਹੀ ਕੁਝ ਹੋਣ ਡਿਆ ਦਿਲ ਨੂੰ। ਕੋਮਲ, ਘੁੱਟ ਚਾਹ ਬਣਾ ਕੇ ਲਿਆ, ਸਰੀਰ ਥੱਕ ਗਿਆ ਸਵੇਰ ਦਾ ਅੱਜ। ਕੀ ਹੋ ਗਿਆ ਤੁਹਾਨੂੰ, ਬੜਾ ਮੂੰਹ ਸੁੱਟਿਆ ਥੱਲੇ ਨੂੰ। ਮੂੰਹ ਕੀ ਸੁੱਟਣਾ ਈ, ਆ ਗਿਆ ਕੰਜਰ। ਮਾਤਾ ਕਿਨੂੰ ਗਾਲਾਂ ਕੱਢੀ ਜਾਂਦੀ ਆ, ਕੌਣ ਆਇਆ ਵਾ? ਸੁਖੀ ਕੀ, ਉਹਨੂੰ ਕਿੰਨੇ ਵਾੜਿਆ ਇੱਥੇ, ਉਹਦੀ ਕਿਦਾਂ ਜ਼ਰੂਰਤ ਪਈ ਇੱਥੇ ਆਉਣ ਦੀ? ਹਾਏ ਜੱਗੀ, ਹੋਰ ਗੱਲਾਂ ਦੀਆਂ ਗੱਲਾਂ, ਉਹਨਾਂ ਨੇ ਤੇ ਸਾਡਾ ਕਮਰਾ ਵੀ ਮਾਰ ਲਿਆ ਤੇ ਆ ਚੁੱਕ ਕੇ ਮਾਰੇ ਤੇਰੇ ਕੱਪੜੇ ਬਾਹਰ।
ਠੰਡ ਰੱਖ ਮੇਰੀ ਗੱਲ ਮੰਨ ਵੱਡੇ ਵੀਰ ਨੂੰ ਫੋਨ ਕਰ ਉਹ ਸਵੇਰੇ ਹੀ ਪਹੁੰਚੇ ਇੱਥੇ ਹਾਲ ਏਦਾਂ ਨਹੀਂ ਹੋਣਾ ਬਹਿ ਕੇ ਗੱਲ ਕਰਾਂਗੇ ਲਾ ਵੱਡੇ ਭਰਾ ਨੂੰ ਫੋਨ ਹੈਲੋ ਕਿੱਥੇ ਵੀਰ ਵੀਰ ਕੰਮ ਤੇ ਆ ਮੈਂ ਕਿੱਥੇ ਹੋਣਾ ਵਾ ਵੀਰ ਇੱਥੇ ਨਾ ਸਿਰੋਂ ਪਾਣੀ ਲੰਘਿਆ ਤੇ ਮੇਰੇ ਕੋ ਨਹੀਂ ਬਰਦਾਸ਼ਤ ਹੁੰਦਾ ਕੁਝ ਵੀ ਕੀ ਗੱਲ ਹੋ ਗਈ ਆ ਇੰਨਾ ਰੌਲਾ ਕਿਉਂ ਪਾਇਆ ਵਾ ਉਹ ਵੀਰ ਤੈਨੂੰ ਕਿਹੜਾ ਭੁਲੇਖਾ ਵਾ ਘਰ 'ਚ ਕੀ ਮਾਹੌਲ ਚੱਲ ਚੱਲਣ ਦਿਆ ਅਗਲਾ ਨਾਲ ਦੀ ਲੈ ਕੇ ਇੱਥੇ ਵੀ ਆ ਗਿਆ ਵਾ ਹੈ ਉਹ ਇੱਥੇ ਕਿੱਦਾਂ ਆ ਗਿਆ ਵਾ ਉਹਦੇ ਕਰਕੇ ਤੁਸੀਂ ਘਰ ਬਦਲਿਆ ਵਾ ਉਹ ਤੁਹਾਡੇ ਪਿੱਛੇ ਹੀ ਆ ਗਿਆ ਇੱਥੇ ਵੀ ਵੀਰ ਤੂੰ ਸਾਰੀਆਂ ਗੱਲਾਂ ਛੱਡ ਤੂੰ ਨਾ ਕੱਲ੍ਹ ਸ਼ਾਮ ਤੱਕ ਨਾ ਘਰ ਪਹੁੰਚ ਤੂੰ ਚਿੰਤਾ ਨਾ ਕਰ ਮੈਨੂੰ ਲੱਗਦਾ ਹੁਣ ਮੈਨੂੰ ਘਰ ਆਉਣਾ ਹੀ ਪੈਣਾ ਵਾ ਨਾਲ ਮੈਂ ਭਾਈ ਨੂੰ ਨਾਲ ਲੈ ਕੇ ਆਉਣਾ ਵਾ ਬਹਿ ਕੇ ਗੱਲ ਕਰਦੇ ਆਪਾਂ ਹੁਣ ਤੂੰ ਵੇਖ ਹੀ ਲੈ ਹਾਂ ਸਿਰ ਪਾੜ ਕੇ ਕਿੱਦਾਂ ਪਾੜਦਾ ਤੂੰ ਸਿਰ ਆ ਲੈਂਦੇ ਵੀਰ ਨੂੰ ਬਹਿ ਕੇ ਗੱਲ ਕਰਾਂਗਾ ਸੁੱਖੀ ਆ ਜਾਓ ਅੰਦਰ ਨਾ ਕਰੋ ਇਦਾਂ ਮੇਰੀ ਗੱਲ ਸੁਣੋ ਬਹਿ ਜਾ ਉਹ ਤੇ ਸ਼ਦਾਈ ਏ ਕੱਲ ਨੂੰ ਤੇਰਾ ਭਰਾ ਆਏਗਾ ਤੇ ਬਹਿ ਕੇ ਗੱਲ ਕਰ ਲਾਂਗੇ ਭਾਈ ਤੇ ਠੰਡ ਜ਼ਿਆਦਾ ਨਹੀਂ ਹੈ ਉੱਥੋਂ ਨਾਲੋਂ ਹਾਂ ਉੱਥੋਂ ਨਾਲ ਜ਼ਿਆਦਾ ਫਰਕ ਇੱਥੇ ਇੱਥੇ ਆਇਆ ਵਾ ਠੰਡੀ ਠੰਡ ਜ਼ਿਆਦਾ ਹੈ ਸਹੀ ਗੱਲ ਜੀ ਭਾਈ ਮੈਨੂੰ ਚਿੰਤਾ ਬੜੀ ਹੁੰਦੀ ਯਾਰ ਘਰ ਮੈਂ ਕਦੀ ਇੱਦਾਂ ਆਇਆ ਨਹੀਂ ਪਤਾ ਨੂੰ ਕੀ ਹੋਇਆ ਹੋਣਾ ਸੁੱਖੀ ਨੇ ਕੀ ਕਲੇਸ਼ ਪਾਇਆ ਹੋਣਾ ਉਹ ਕੋਈ ਨਹੀਂ ਮੇਰਾ ਵੀਰ ਟੈਨਸ਼ਨ ਨਾ ਲੱਗੋ ਘਰ ਜਾ ਕੇ ਪਤਾ ਲੱਗਦਾ ਵਾ ਪਹਿਲੋਂ ਟੈਨਸ਼ਨ ਨਾ ਲਈ ਜਾ ਕੋਈ ਗੱਲ ਨਹੀਂ ਵੇਖ ਲੈਣੇ ਕੀ ਗੱਲ ਹੋਈ ਕੋਈ ਨਹੀਂ ਜਾ ਕੇ ਨਾ ਉਹਨੂੰ ਸਮਝਾ ਦੇਣੇ ਕੋਈ ਗੱਲ ਨਹੀਂ ਉਹ ਵੀ ਆਪਣੇ ਘਰ ਦਾ ਜੀ ਹੈ ਕੋਈ ਗੱਲ ਨਹੀਂ ਸਮਝ ਲਿਆ ਗੱਲ ਉਹ ਮੇਰੀ ਗੱਲ ਨਹੀਂ ਕਦੀ ਮੋੜਦਾ ਔਰ ਮੰਮੀ ਸੇ ਠੀਕ ਹੈ ਠੀਕ ਹੈ ਪੁੱਤਰ ਸੇ ਤੇ ਠੀਕ ਹੈ ਮੇਰੀ ਤੁਹਾਨੂੰ ਦੋਵਾਂ ਨੂੰ ਵੇਖ ਕੇ ਮੈਂ ਤੇ ਉਂਝ ਹੀ ਠੀਕ ਹੋ ਗਈ ਆ ਪੁੱਤਰ ਹਾਏ ਸੁਖੀ ਤੁਹਾਡੇ ਵੱਡੇ ਵੀਰ ਵੀ ਆ ਗਏ ਆ ਹੁਣ ਪਤਾ ਨਹੀਂ ਕੀ ਗੱਲ ਬਣਨੀ ਆ ਚਾਹੇ ਸਾਨੂੰ ਇੱਥੋਂ ਵੀ ਕੱਢ ਦੇਣ ਹੁਣ ਮੰਮੀ ਬਾਕੀ ਗੱਲਾਂ ਦੀ ਗੱਲਾਂ ਚੈਨ ਆਪਣੇ ਜੀਆਂ ਜੀ ਆ ਕੇ ਹੁੰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭੈਣ ਹੋਰ ਪਹੁੰਚ ਕੇ ਬੜਾ ਟਾਈਮ ਲਾਤਾ ਜੇ ਹੋਰ ਠੀਕ ਹੋ ਤੁਸੀਂ ਪਹਿਲੀ ਵਾਰੀ ਮਿਲਣਾ ਹੁੰਦਾ ਪਹਿਲੀ ਵਾਰੀ ਮਿਲਣ ਦੀ ਨੀ ਗੱਲ ਜਵਾਈ ਭਾਈ ਵੀ ਹੈ ਨਾ ਝਾਕਾ ਜਿਹਾ ਲੱਗਾ ਜਾ ਮੇਰੀ ਭੈਣ ਤੂੰ ਦੇ ਆ ਨਹੀਂ ਨਹੀਂ ਮੈਂ ਪਾ ਕੇ ਦੇਣੀ ਕਲਾਸਾਂ ਚ ਤੁਸੀਂ ਆਪ ਹੀ ਜਾਓ ਨੀ ਕੁੜੀਓ ਚਾਹ ਪਾਣੀ ਲਿਆਓ ਤੁਹਾਨੂੰ ਨੀ ਪਤਾ ਵੀ ਮੁੰਡੇ ਆਏ ਨੇ ਜਾ ਨੀ ਭੈਣਾ ਲੈ ਜਾ ਮਤਾ ਵੀ ਬੋਲਣ ਲੱਗ ਪਈ ਫਿਰ ਉਹਨੇ ਕਾਹਲੀ ਪੈ ਜਾਣਾ ਵਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਯਾਰ ਤੁਸੀਂ ਇੱਥੇ ਬਹਿ ਕੇ ਫੋਨ ਹੀ ਚਲਾਏ ਜਾਓਗੇ ਕਿ ਸੋਚੋਗੇ ਵੀ ਕਿ ਬਾਹਰ ਵੀਰ ਹੋਣਾ ਨਾਲ ਕੀ ਗੱਲ ਕਰਨੀ ਆ ਯਾਰ ਤੂੰ ਕਿਉਂ ਟੈਨਸ਼ਨ ਲੈਣ ਦੀ ਆ ਮੈਂ ਸਾਰਾ ਕੁਝ ਸੋਚਿਆ ਮੈਨੂੰ ਪਤਾ ਮੈਂ ਕੀ ਗੱਲ ਕਰਨੀ ਵੀਰ ਨਾਲ ਐਵੇਂ ਚਿੰਤਾ ਨਾ ਕਰਿਆ ਕਰ ਤੂੰ ਮੇਰੀ ਗੱਲ ਸੁਣ ਲਓ ਗੁੱਸੇ ਨਾ ਨਾ ਬੋਲਿਓ ਬਾਹਰ
ਨਾ ਹੀ ਲੜਾਈ ਕਰਿਓ। ਮੈਨੂੰ ਨਹੀਂ ਜੇ ਚੰਗਾ ਲੱਗਦਾ ਇਹ ਸਭ। ਉਹ ਚੰਗਾ ਬਾਬਾ, ਮੈਂ ਆਪੇ ਵੇਖ ਲਾਂਗਾ। ਸੁੱਖੀ ਬਾਹਰ ਆ, ਵੀਰ ਬੁਲਾਉਂਦੇ, ਵੱਡਾ ਤੇਰੇ ਨਾਲ ਗੱਲ ਕਰਨੀ ਹੈ। ਜਿੰਨੇ ਗੱਲ ਕਰਨੀ ਨਾ ਮੇਰੇ ਨਾਲ, ਅੰਦਰ ਆ ਕੇ ਗੱਲ ਕਰੇ, ਮੈਂ ਨਹੀਂ ਆਉਂਦਾ ਬਾਹਰ। ਵੀਰ ਸੁੱਖੀ ਕਹਿੰਦਾ ਮੈਂ ਨਹੀਂ ਬਾਹਰ ਆਉਣਾ, ਜਿੰਨੇ ਮੇਰੇ ਨਾਲ ਗੱਲ ਕਰਨੀ ਮੇਰੇ ਅੰਦਰ ਆਉਣਗੇ। ਵੇਖ ਲਾ ਵੀਰ, ਆਹ ਹਾਲ ਹੀ ਹੋਏਗਾ। ਇਹਨੂੰ ਇੰਨਾ ਨਹੀਂ ਪਤਾ ਕਿ ਮੇਰਾ ਵੱਡਾ ਭਰਾ ਆਇਆ ਤੇ ਮੈਂ ਬਾਹਰ ਆ ਕੇ ਗੱਲ ਕਰ ਲਾਂ। ਮੇਰੀ ਗੱਲ ਸੁਣੋ ਹੁਣ, ਦੋਵੇਂ ਜਾਣੇ ਗੱਲ ਵਧਾਓ ਨਾ। ਉਹ ਕਹਿੰਦਾ ਨਾ ਅੰਦਰ ਆ ਕੇ ਕਰ ਲਓ, ਤੇ ਗੱਲ ਕਰ ਲਓ ਅੰਦਰ ਜਾ ਕੇ, ਕੋਈ ਫੈਸਲਾ ਲਓ ਹੁਣ ਬਸ। ਜੱਗੀ ਸਹੀ ਕਹਿੰਦੀ ਬਈ ਸੁਮਨ, ਟੀਨੂ ਵੀਰ ਜਾ ਕੇ ਤੁਸੀਂ ਗੱਲ ਕਰਕੇ ਆਓ। ਸੁਮਨ ਤੂੰ ਇੱਥੇ ਰੁੱਕ, ਮੰਮੀ ਕੋ ਚੱਲ, ਮੈਂ ਜੱਗੀ ਆਪੇ ਗੱਲ ਕਰਕੇ ਆਉਂਦੇ ਹਾਂ। ਸੁਖੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਕੁੜੀਏ, ਤੂੰ ਬਾਹਰ ਚੱਲ, ਮੈਂ ਗੱਲ ਕਰਨੀ ਕੋਈ ਸੁਖੀ ਨਾਲ।